ਤੁਹਾਡਾ ਨਿਰਮਲ ਸਿੰਘ ਪਿੰਡ ਹਰਿਓ ਜੀ ਕੀ ਮਾਮਲਾ ਹੋਇਆ ਕੀ ਨਵੀਂ ਘਟਨਾ ਹੋਈ ਹੈ ਘਟਨਾ ਹੋਈ ਮੇਰੇ ਭਤੀਜੇ ਨੇ ਜ਼ਮੀਨ ਮੈਨੂੰ ਵੇਚੀ ਸੀ ਹਾਂਜੀ ਮੈਂ ਇਹਨੂੰ ਪੈਸੇ ਕਢਾ ਕੇ ਦੇਣਾ ਹੈ ਬੈਂਕ 'ਚ 2.5 ਲੱਖ ਕਰ ਦਿੱਤਾ ਜੀ ਭਤੀਜਿਆਂ ਦੇ ਲਗਾ ਕੋਈ ਜ਼ਮੀਨ ਲਈ ਸੀ ਜੀ ਪੈਸੇ ਥੋੜ੍ਹੀ ਜੀ ਇਹਨੇ ਬਾਹਰ ਜਾਣਾ ਸੀ ਜੀ ਇਹ ਪੈਸੇ ਜਮ੍ਹਾਂ ਨਹੀਂ ਹੋਏ ਇਹਨੇ ਮੈਨੂੰ ਫੜਾ ਤਾ 5 ਲੱਖ ਰੁਪਇਆ ਜੀ ਤੇ ਮੈਂ ਇੱਥੋਂ ਦੇਖ ਲਓ ਕਿ ਆਪ ਪੀਰ ਕੋਲ ਮਗਰੋਂ ਬੰਦੇ ਚੋਂ ਨੇ ਮੋਟਰਸਾਈਕਲ ਤੇ ਮੈਨੂੰ ਟੱਕਾ ਮਾਰ ਕੇ ਦੇਖ ਕੇ ਪੈਸੇ ਖੋਹ ਭੱਜ ਗਏ ਜਮ੍ਹਾਂ ਕਰਾ ਰਹੀ ਸੀ ਇੱਥੇ ਨਹੀਂ ਲੈ ਕੇ ਘਰੇ ਜਾ ਰਿਹਾ ਸੀ ਜਮ੍ਹਾਂ ਹੋਈ ਨਹੀਂ ਜੀ ਅੱਛਾ ਜਮ੍ਹਾਂ ਹੋਈ ਨਹੀਂ ਹਾਂਜੀ ਘਰੇ ਲੈ ਕੇ ਜਾ ਰਿਹਾ ਅੱਛਾ ਕਿੰਨੇ ਬੰਦੇ ਸੀ 4 ਸੀ ਕਿੱਥੇ ਗਏ ਕਿੱਥੇ ਤੋਂ ਹੋਇਆ ਤੁਹਾਡੇ ਨਾਲ ਸਾਥੀ ਦੇਖੋੜ ਪੀਰ ਦੇ ਕੋਲ ਤੇ ਪੂਲ ਦੇ ਪਿੱਛੇ ਪੀਰ ਦੇ ਅਗਲੇ ਪਾਸੇ ਤੁਸੀਂ ਇਕੱਲੇ ਸੀ ਇਕੱਲਾ ਹਾਂ ਜੀ ਮੈਂ ਫਿਰ ਉਹ ਮਗਰ ਲਾਇਆ ਜੀ ਥਾਣੇ ਵਾਲ ਪੁਲ ਤੱਕ ਬਾਈਪਾਸ ਗਏ ਨੇ ਉਹਨਾਂ ਦੇ ਘਰ ਉਹ ਮੋਟਰਸਾਈਕਲ ਦੂਰ ਹੈ ਹਣ ਤੁਸੀਂ ਨਹੀਂ ਮੋਟਰਸਾਈਕਲ ਤੇ ਹਾਂ ਸਪਲੈਂਡਰ ਲਵਾ ਕੇ ਧੱਕਾ ਮਾਰ ਕੇ ਗੇਰਦਾ ਗੇਰਦਾ ਹੀ ਪੈਸੇ ਚੁੱਕੋ ਕੇ ਭੱਜ ਗਏ ਤੁਹਾਨੂੰ ਪਤਾ ਲੱਗਿਆ ਕੋਈ ਮਾੜਾ ਮੋਟਾ ਪਛਾਣ ਬੰਦੇ ਨੇ ਨਹੀਂ ਬੰਦੇ ਦੋ ਮੋਨੇ ਜਾਣ ਜਿੰਨਾ ਕਸਰ ਇੱਕ ਤੇ ਮਗਰ ਪਰਨਾ 4 ਜਣੇ ਸਨ ਤੁਸੀਂ ਮਗਰ ਭੱਜੇ ਮੈਂ ਮਗਰ ਭੱਜਾ ਜੀ ਮੈਂ ਕਿ ਜਾ ਫਿਰ ਮੇਰਾ ਪਰਨਾ ਲੱਸਾ ਇੱਡੇ ਦੇ ਗਿਆ ਮੋਟਰਸਾਈਕਲ ਤੇ ਉਹਨੂੰ ਬਾਅਦ ਪਰਨਾ ਲੱਗ ਕੋਲ ਕੋਲ ਆਣ ਕੇ ਜਿਹੜੀ ਕਿਹੜੀ ਛੱਡ ਲੰਗੇ ਨੇ ਥਾਣੇ ਵਾਲ ਜਾਂਦੇ ਬਾਈਪਾਸ ਤੋਂ ਟੋਟਲ ਕਿੰਨੇ ਪੈਸੇ ਜਿਹੜੇ ਕੋਈ ਨਹੀਂ ਹੋਏ ਨੇ ਜੀ 2.5 ਲੱਖ ਰੋ ਦਿੱਤਾ ਜੀ ਵੀ 1 ਲੱਖ 2 ਲੱਖ ਦੀ ਇੱਥੋਂ ਕਢਾਇਆ ਤੇ 50,000 ਤੋਂ ਮਾਂ ਤੋਂ ਰਹਿ ਗਏ ਨੇ ਟੋਟਲ ਤੁਹਾਡੇ ਕੋਲ ਕਿੰਨੇ ਪੈਸੇ ਜਿਹੜੇ ਤੁਸੀਂ ਲਾਓ ਸਾਹਿਬ ਜੀ ਮੇਰੇ ਬੱਚੇ ਨੂੰ ਪਤਾ ਜੀ ਹੁਣ 5 ਲੱਖ ਤੋਂ ਉੱਪਰ ਹੈ 5 ਲੱਖ ਤੋਂ ਉੱਪਰ ਨਹੀਂ ਜੀ ਪਤਾ ਇਹਨਾਂ ਸਾਹਿਬ 5-8 ਪਾੜਾ ਤੁਸੀਂ ਕੀ ਕਾਰਵਾਈ ਕੀਤੀ ਤੁਹਾਡੇ ਕੋਲ ਸਾਡੇ ਕੋਲ ਕੋਈ ਨਹੀਂ ਮੈਨੂੰ ਥਾਣੇ ਗਿਆ ਬੰਦੇ ਉਧਰ ਭੱਜ ਗਏ ਨੇ ਬੈਂਕ 'ਚ ਲੈ ਕੇ ਆ ਗਏ ਨੇ ਬੈਂਕ 'ਚ ਫੋਟੋ ਦਿੰਦੇ ਆ ਖੜੇ ਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਿਹਾ ਤੋਂ ਮੰਗ ਕਰਦੇ ਸਾਡਾ ਹੱਕ ਮਿਲਣਾ ਚਾਹੀਦਾ ਜੀ ਤੇ ਉਹ ਇਹਨੇ ਕਿਹਦੇ ਵੱਲੋਂ ਹੋਏ ਤੇ ਕਿੱਥੇ ਹੋਈ ਘਟਨਾ ਇਹ ਜੀ ਆਪਣੇ ਜੱਖ ਰੋਡ ਤੇ SBI ਬੈਂਕ 'ਚੋਂ ਪੈਸੇ ਕਢਾ ਕੇ ਨਿਰਮਲ ਸਿੰਘ ਵਾਸੀ ਹਰਿਆਉ ਤੋਂ ਇਹ ਤੇ ਇਹਨਾਂ ਦੇ ਭੀਜਾ ਵੀ ਨਾਲ ਸੀ ਉਹ ਭੀਜਾ ਸ਼ਹਿਰ ਚਲਾ ਗਿਆ 2.5 ਲੱਖ ਤੋਂ ਕਢਾਇਆ ਸੀ 2.5 ਲੱਖ ਉਹ ਕਹਿ ਰਹੇ ਹੋਰ 4,95,000 ਰੁਪਇਆ ਸੀਗਾ ਤੇ ਇੱਥੋਂ ਲੈ ਕੇ ਬਜ਼ੁਰਗ ਇਹ ਮੋਟਰਸਾਈਕਲ 'ਤੇ ਹਰਿਆਉ ਨੂੰ ਜਾ ਰਹੇ ਸੀ ਦਿਓਗੜ੍ਹ ਦੇ ਨੇੜੇ ਕਹਿ ਰਹੇ ਨੇ ਵੀ 4 ਮੁੰਡੇ ਮੋਟਰਸਾਈਕਲ 'ਤੇ ਆਏ 3 ਮੋਨੇ ਸੀ ਇੱਕ ਸਰਦਾਰ ਸੀਗਾ ਪਰਨੇ ਵਾਲਾ ਵੀ ਉਹਨਾਂ ਨੇ ਮੋਟਰਸਾਈਕਲ ਨੇੜੇ ਲਾ ਕੇ ਧੱਕਾ ਮਾਰ ਕੇ ਡੇਗ ਪਾ ਦੇ ਲਫਾਫਾ ਚੱਕ ਕੇ ਲੈ ਗਏ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੁਣ ਅਸੀਂ ਇਹਦਾ ਬਿਆਨ ਲਿਖੇ ਸਟੇਟਮੈਂਟ ਦਰਜ ਕਰਿਆ ਅਸੀਂ ਕੈਮਰੇ ਤੁਹਾਨੂੰ ਬੈਂਕ 'ਚ ਆਇਆ ਅਸੀਂ ਚੈੱਕ ਕਰ ਰਹੇ ਹਾਂ ਤੇ ਬਾਕੀ ਅਸੀਂ ਜਲਦੀ ਇਹਨਾਂ ਨੂੰ ਪਤਾ ਲੱਗੂ ਜਲਦੀ ਲੱਗਦਾ ਹਾਂ ਜੀ ਜਲਦੀ ਸ਼ਨਾਖਤ ਕਰਕੇ ਗ੍ਰਿਫਤਾਰ ਕਰ ਲਾਂਗੇ